नमस्कार आदाब सत आप सभी दर्शकों को राधा स्वामी राधा स्वामी व्यास के स्पेशल सवाल जवाब कार्यक्रम में संगत ने अनेकों प्रश्न आज बाबा जी से पूछे पूरा वीडियो तो हम आपको अपनी नीतियों के कारण नहीं दिखा पाएंगे इसीलिए आर एस एस बी का लिंक हमने आपको नीचे डिस्क्रिप्शन में दिया देखिए बाबा जी कई बार बैठे अपने सफर पे जाइए या कितने भी हो ਤਾ ਆ ਪੰਜਾਸ ਕਰੋਸੀ ਆਪਣੀ ਛਾਤੀ ਤੇ ਆਪਾਂ ਮੀਟ ਮੱਛੀ ਬੰਦੇ ਸਮੈਲ ਹੁੰਦੀ ਹੈ ਕਿ ਆਪਾਂ ਨੂੰ ਉਹਦਾ ਕਰਮ ਪਾਉਗਾ ਨਹੀਂ ਬੇਟਾ ਆਪਾਂ ਦੁਨੀਆ ਨੂੰ ਨਹੀਂ ਬਦਲ ਸਕਦੇ ਆਪਾਂ ਆਪਣਾ ਬਚਾਓ ਕਰਨਾ ਹੁਣ ਜੋ ਦੁਨੀਆ ਕਰਦੀ ਹੈ ਹੁਣ ਆਪਾਂ ਇਹੋ ਜਿਹੀ ਤਾਂ ਕੋਈ ਵੀ ਜਗ੍ਹਾ ਨਹੀਂ ਹੋਊਗੀ ਜਿੱਥੇ ਸਾਰਾ ਕੁਝ ਹੀ ਚੰਗਾ ਹੋਵੇ ਬੇਟਾ ਬਾਬਾ ਜੀ ਆਪਾਂ ਭਜਨ ਕਰਦੇ ਆਂ ਔਰ ਸਿੰਗਰਨ ਕਰਦੇ ਆਂ ਔਰ ਉਤਰਤ ਭਜਨ ਤੇ ਬੈਠ ਜਾਂਦੇ ਆਂ ਤੇ ਆਪਣੇ ਕੰਨਾਂ ਆਪਣਾ ਸਿਮਰਨ ਦੀ ਆਵਾਜ਼ ਹੁੰਦੀ ਹੈ ਕੰਨਾਂ ਦੀ ਆਵਾਜ਼ ਤੇ ਫਿਰ ਬਾਤ ਚੱਲੂਗੀ ਜੀ ਤੇ ਧਿਆਨ ਦਿਓ ਸਿਮਰਨ ਭਜਨ ਤੇ ਲਗਾ ਵੰਦਾ ਭਜਨ ਤੇ ਲਗਾ ਸਿਮਰਨ ਕਰਨ ਚ ਲਗਾ ਰਹੇ ਤੁਸੀਂ ਬੇਟਾ ਜਦੋਂ ਸਿਮਰਨ ਕਰਦੇ ਹੋ ਸਿਮਰਨ ਦਾ ਮਤਲਬ ਹੈ ਇਕਾਗਰਤਾ ਜਿਵੇਂ ਜਿਵੇਂ ਇਕਾਗਰਤਾ ਆਊਗੀ ਤੁਹਾਨੂੰ ਤੁਹਾਨੂੰ ਸੁਣਾਈ ਦੇਊਗੀ ਮਗਰ ਉਸ ਵਕਤ ਸਿਮਰਨ ਤੇ ਧਿਆਨ ਰੱਖੋ ਜਦੋਂ ਭਜਨ ਤੇ ਬੈਠੋਗੇ ਉਦੋਂ ਤੁਸੀਂ ਧੁੰਨ ਦੇ ਉੱਤੇ ਧਿਆਨ ਰੱਖੋ ਕਿਉਂਕਿ ਆਪਾਂ ਸਿਮਰਨ ਕਰਦੇ ਰਹੇ ਹਾਂ ਪਿੱਛੇ ਜੇ ਸਿਮਰਨ ਚੱਲਦਾ ਚੱਲਦਾ ਰਹਿਣ ਦਿਓ ਮਗਰ ਤੁਸੀਂ ਆਪਣਾ ਧਿਆਨ ਧੰਦੇ ਉੱਤੇ ਰੱਖੋ ਉਸ ਵਕਤ ਬਾਬਾ ਜੀ ਸਾਡੇ ਸੈਂਟਰ 'ਚ ਜੁੜ ਆਇਆ ਔਰ ਸਾਡੇ ਪਰਿਵਾਰ ਤੇ ਜੁਰਤ ਧਿਆਨ ਮੀਰ ਕਰੇ ਬਾਬਾ ਜੀ ਬਾਬਾ ਜੀ ਮੇਰੇ ਕੋਲ ਭਾਜਨ ਸਿਮਰਨ ਤੇ ਬੈਠਦੀ ਜਰੂਰਾਂ ਪਰ ਮੇਰਾ ਮਨ ਪਤਾ ਨਹੀਂ ਕਿੱਥੇ ਕਿੱਥੇ ਖਿਲਰ ਰਿਹਾ ਹੁੰਦਾ ਉਹ ਨਹੀਂ ਗੱਬੀ ਬਟਾ ਸਾਰਿਆਂ ਦਾ ਹੀ ਹਾਂ ਸਿਰਫ ਆਪਣਾ ਨਹੀਂ ਸਾਰਿਆਂ ਦਾ ਇਹ ਹਾਂ ਇਸ ਕਰਕੇ ਆਪਾਂ ਨੂੰ ਭਜਨ ਸਮਰਨ ਦਿੱਤਾ ਗਿਆ ਹੈ ਹੁਣ ਬੱਚੇ ਨੂੰ ਸਕੂਲ ਪਾਣੇ ਆ ਪਹਿਲੇ ਦਿਨ ਜਾ ਕੇ ਤਾਂ ਨਹੀਂ ਉਹ ਪੜਾਕੂ ਬਣ ਜਾਂਦਾ ਬੇਟਾ ਧਿਆਨ ਲਾਣਾ ਪੈਂਦਾ ਹੈਗਾ ਜਿਵੇਂ ਜਿਵੇਂ ਧਿਆਨ ਲੱਗੂਗਾ ਸਾਡਾ ਅੰਦਰੋਂ ਰਸ ਆਊਗਾ ਆਪਣੇ ਆਪ ਲज्जਤ ਆਊਗੀ ਆਪਾਂ ਮਨ ਨੂੰ ਕਾਬੂ ਵੀ ਕਰ ਸਕਾਂਗੇ ਇਸ ਕਰਕੇ ਕੋਸ਼ਿਸ਼ ਵਿੱਚ ਕਮੀ ਨਹੀਂ ਹੋਣੀ ਚਾਹੀਦੀ ਉਹਨੇ ਸਾਡਾ ਨਤੀਜਾ ਨਹੀਂ ਦੇਖਣਾ ਉਹਨੇ ਸਾਡੀ ਕੋਸ਼ਿਸ਼ ਦੇਖਣੀ ਤੁਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੋ ਮੈਂ ਸਕੇ ਕੰਨਾਂ ਤੇ ਸੁਣਾਈ ਵੀ ਨਹੀਂ ਦਿੰਦਾ ਮੇਰਾ ਕੰਬਾ ਕੰਨ ਸੁਣਦਾ ਕੁਝ ਨਹੀਂ ਹੈ ਤੁਸੀਂ ਕਹਨੂੰ ਖੱਬੇ ਸੱਜੇ ਚ ਪੈਂਦੇ ਹੋ ਆਪਾਂ ਤਾਂ ਇੱਥੇ ਸ਼ਬਦ ਨੂੰ ਸੁਣਨਾ ਹੈ ਬਸ ਇਸ ਵਾਰੀ ਸਸੰਗਿਆਸ ਜੀ ਜੁੜੀ ਹਰ ਬੜੀ ਖਬਰ ਪਾਣੇ ਕੇ ਲਈ ਸਬਸਕ੍ਰਾਈਬ ਕਰੇ ਹਮਾਰਾ YouTube ਚੈਨਲ ਸਿਟੀ ਵੈਬ ਕੋ